ਕਿੰਨਾ ਕੁ ਉਹ ਲੋ ਖਾਂ ਲੈ ਹੁੰਦਾ ਦੀ ਕਿ ਜੇ ਠੁੱਕ ਨਾ ਜਾਈਏ ਹਾਂ ਤੇ ਦਿਖਦਾ ਨਹੀਂ ਜੀ ਕੁਛ ਹਾਈ ਦਿਖਦਾ ਨਹੀਂ ਜੀ ਕੱਲ ਮੈਂ ਕਿ ਮੋਟਰਸਾਈਕਲ ਤੇ ਵੱਜ ਜਾਣਾ ਜੀ 10 ਵਜੇ ਤੱਕ ਸਾਡੀ ਧੁੰਦ ਮਲ ਵੀ ਘੜ ਜਾਂਦੀ ਆਈ ਇਸ ਲਈ ਜਲਦੀ ਵਧਿਆ ਕਰਦੇ ਟਾਈਮ ਖੁਸ਼ ਹੋ ਤੁਸੀਂ ਹਾਂ ਜੀ ਬਹੁਤ ਖੁਸ਼ ਹੋ ਮੁੱਖਮੰਤਰੀ 10 ਵਜੇ ਦਾ ਟਾਈਮ ਹਾਂ ਬਹੁਤ ਵਧੀਆ ਕੀਤਾ ਜੀ ਤੁਸੀਂ ਖੁਸ਼ ਹੋ ਹਾਂ ਜੀ ਆਰਾਮ ਨਾਲ ਜਾ ਸਕਦੇ ਹਾਂ ਹਾਂ ਆਰਾਮ ਨਾਲ ਹੀ ਪਹਿਲਾਂ ਸਾਡਾ ਟਾਈਮ ਹੈ ਜਿਹੜਾ 9 ਵਜੇ ਦਾ ਸੀ ਅਤੇ ਸਾਨੂੰ ਬੱਸਿਸ ਦੇ ਵਿੱਚ ਆਉਣਾ ਮੁਸ਼ਕਿਲ ਸੀਗਾ ਧੁੰਦਾਂ ਜ਼ਿਆਦਾ ਪੈਂਦੀਆਂ ਨੇਗੀਆਂ ਤਾਂ ਕਰਕੇ ਹੁਣ ਮੁੱਖ ਮੰਤਰੀ ਵੱਲੋਂ ਕੀ ਕਹਿੰਦੇ 10 ਵਜੇ ਦਾ ਟਾਈਮ ਦਿੱਤਾ ਗਿਆ ਹੈਗਾ ਸਕੂਲ ਦਾ ਟਾਈਮ ਚੇਂਜ ਹੋ ਗਿਆ ਹਾਂਜੀ ਅਤੇ ਸਾਨੂੰ ਬੱਸਿਸ ਵੀ ਪ੍ਰੋਬਲਮ ਨਹੀਂ ਆਉਂਦੀ ਬੱਸਿਸ ਕੀ ਨਾਮ ਹੈ ਜੀ ਆਪਣਾ ਅਮਰ ਸਿੰਘ ਜੀ ਕਿਹੜੀ ਕਲਾਸ 'ਚ ਪੜ੍ਹਦੇ 9th ਕਲਾਸ 'ਚ ਪਹਿਲਾਂ 9 ਵਜੇ ਦਾ ਟਾਈਮ ਸੀ ਕਿੰਨੀ ਕੁ ਮੁਸ਼ਕਿਲ ਆਉਂਦੀ ਬਹੁਤ ਮੁਸ਼ਕਿਲ ਆਉਂਦੀ ਸੀਗੀ ਸਿਰ ਉੱਠਣ ਨਹੀਂ ਆਉਂਦਾ ਸੀਗਾ ਜੀ ਧੁੰਦੀ ਔਖਾ ਦੇ ਡਰ ਸੀਗੇ ਕਿਤੇ ਐਕਸੀਡੈਂਟ ਨਾ ਹੋ ਜਾਵੇ 10 ਵਜੇ ਤੱਕ ਸਾਡੀ ਧੁੰਦ ਮਲ ਵੀ ਘੜ ਜਾਂਦੀ ਆ ਜੀ ਇਸ ਲਈ ਜਲਦੀ ਵਧੀਆ ਕਰਦੇ ਟਾਈਮ ਖੁਸ਼ ਹੋ ਤੁਸੀਂ ਹਾਂ ਜੀ ਬਹੁਤ ਖੁਸ਼ ਹੋ ਜੀ ਪਹਿਲਾਂ 9 ਵਜੇ ਤੁਸੀਂ ਸਕੂਲ ਕਹਿੰਦੇ ਕਿੰਨਾ ਕੁ ਬਹੁਤ ਔਖਾ ਦੇ ਐ ਹੁੰਦਾ ਸੀਗਾ ਕਿ ਜੇ ਠੁੱਕ ਨਾ ਜਾਈਏ ਹਾਂ ਤੇ ਦਿਖਦਾ ਨਹੀਂ ਜੀ ਕੁਛ ਹਾਂ ਜੀ ਦਿਖਦਾ ਨਹੀਂ ਜੀ ਕੱਲ ਮੈਂ ਕਿ ਮੋਟਰਸਾਈਕਲ ਤੇ ਵੱਜ ਜਾਣਾ ਜੀ ਅੱਛਾ ਤੇ ਹੁਣ ਮੁੱਖ ਮੰਤਰੀ 10 ਵਜੇ ਦਾ ਟਾਈਮ ਹਾਂ ਬਹੁਤ ਵਧੀਆ ਕੀਤਾ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਫੋਨ ਆ ਰਹੇ ਸੀਗੇ ਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰ ਧੁੰਦ ਪੈ ਰਹੀ ਹੈ ਔਰ ਜਿਹਦੇ ਕਰਕੇ ਸਾਡੇ ਨਾਭਾ ਵਿਧਾਨ ਸਭਾ ਦੇ ਵਿੱਚ ਕੱਲ੍ਹ ਐਕਸੀਡੈਂਟ ਹੋਇਆ ਜਿਹਦੇ ਵਿੱਚ 3 ਜਿਨ੍ਹਾਂ ਦੀ ਮੌਤ ਹੋ ਗਈ ਅਤੇ ਅੱਜ ਹੀ ਸਵੇਰੇ ਇੱਕ ਹੋਰ ਫੋਨ ਆਇਆ ਕਿ ਕਿਸੇ ਟੀਚਰ ਦੀ ਡੈਥ ਹੋ ਗਈ ਹੈ ਧੁੰਦ ਕਰਕੇ ਸੋ ਨਾਲ ਦੀ ਨਾਲ ਸੀ ਐਮ ਸਾਹਿਬ ਨੇ ਅਪਡੇਟ ਦਿੱਤੀ ਔਰ ਸੀ ਐਮ ਸਾਹਿਬ ਨੇ ਨਾਲ ਦੀ ਨਾਲ ਜਿਹੜਾ ਇੰਪਲੀਮੈਂਟ ਕਰਤਾ ਅਤੇ ਅੱਜ ਤੋਂ ਸਕੂਲਾਂ ਦੇ ਟਾਈਮ ਜਿਹੜੇ ਆ ਉਹ ਚੇਂਜ ਕਰ ਦਿੱਤੇ ਗਏ ਜਿਹੜੇ ਕਿ ਬਹੁਤ ਹੀ ਲਾਜ਼ਮੀ ਸੀਗੇ ਸੋ ਇਹ ਇੱਕ ਬਹੁਤ ਵੱਡਾ ਬਦਲਾਅ ਹੈ ਜੀ ਕਿ ਸੀ ਐਮ ਸਾਹਿਬ ਸਿੱਧੀ ਗੱਲ ਸੁਣਦੇ ਨੇ ਔਰ ਨਾਲ ਦੀ ਨਾਲ ਇੰਪਲੀਮੈਂਟ ਕਰ ਦਿੰਦੇ ਨੇ ਕਿਉਂਕਿ ਧੁੰਦ ਕਰਕੇ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਨੇ ਔਰ ਜਿਹਦੇ ਕਰਕੇ ਸਕੂਲ ਦਾ ਟਾਈਮ ਸੇਮ ਸੀਗਾ ਸਕੂਲ 'ਤੇ ਪਹੁੰਚਣਾ ਲਾਜ਼ਮੀ ਹੁੰਦਾ ਪਰ ਧੁੰਦ ਕਰਕੇ ਜਿਹੜੀ ਵਿਜੀਬਿਲਿਟੀ ਬਹੁਤ ਘੱਟ ਜਾਂਦੀ ਹੈ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਸੀਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਿਰਫ 1 ਘੰਟੇ ਦੇ ਵਿੱਚ ਹੀ ਇਹ ਜਿਹੜਾ ਆਰਡਰ ਜਾਰੀ ਕਰਤਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਸਾਡਾ ਟਾਈਮ ਹੈ ਜਿਹੜਾ 9 ਵਜੇ ਦਾ ਸੀ ਅਤੇ ਸਾਨੂੰ ਬੱਸਿਸ ਦੇ ਵਿੱਚ ਆਉਣਾ ਮੁਸ਼ਕਿਲ ਸੀਗਾ ਧੁੰਦਾਂ ਜ਼ਿਆਦਾ ਪੈਂਦੀਆਂ ਨੇਗੀਆਂ ਤਾਂ ਕਰਕੇ ਹੁਣ ਮੁੱਖ ਮੰਤਰੀ ਵੱਲੋਂ ਕੀ ਕਹਿੰਦੇ 10 ਵਜੇ ਦਾ ਟਾਈਮ ਦਿੱਤਾ ਗਿਆ ਹੈਗਾ ਸਕੂਲ ਦਾ ਟਾਈਮ ਚੇਂਜ ਹੋ ਗਿਆ ਹਾਂਜੀ ਅਤੇ ਸਾਨੂੰ ਬੱਸਿਸ ਵੀ ਪ੍ਰੋਬਲਮ ਨਹੀਂ ਆਉਂਦੀ ਬੱਸਿਸ ਕੀ ਨਾਮ ਹੈ ਜੀ ਆਪਣਾ ਅਮਰ ਸਿੰਘ ਜੀ ਕਿਹੜੀ ਕਲਾਸ 'ਚ ਪੜ੍ਹਦੇ 9th ਕਲਾਸ 'ਚ ਪਹਿਲਾਂ 9 ਵਜੇ ਦਾ ਟਾਈਮ ਸੀ ਕਿੰਨੀ ਕੁ ਮੁਸ਼ਕਿਲ ਆਉਂਦੀ ਬਹੁਤ ਮੁਸ਼ਕਿਲ ਆਉਂਦੀ ਸੀਗੀ ਸਿਰ ਉੱਠਣ ਨਹੀਂ ਆਉਂਦਾ ਸੀਗਾ ਜੀ ਧੁੰਦੀ ਔਖਾ ਦੇ ਡਰ ਸੀਗੇ ਕਿਤੇ ਐਕਸੀਡੈਂਟ ਨਾ ਹੋ ਜਾਵੇ 10 ਵਜੇ ਤੱਕ ਸਾਡੀ ਧੁੰਦ ਮਲ ਵੀ ਘੜ ਜਾਂਦੀ ਆ ਜੀ ਇਸ ਲਈ ਜਲਦੀ ਵਧੀਆ ਕਰਦੇ ਜੀ ਟਾਈਮ ਖੁਸ਼ ਹੋ ਤੁਸੀਂ ਹਾਂ ਜੀ ਬਹੁਤ ਖੁਸ਼ ਹੋ ਜੀ ਪਹਿਲਾਂ 9 ਵਜੇ ਤੁਸੀਂ ਸਕੂਲ ਕਹਿੰਦੇ ਕਿੰਨਾ ਕੁ ਬਹੁਤ ਔਖਾ ਦੇ ਐ ਹੁੰਦਾ ਸੀਗਾ ਕਿ ਜੇ ਠੁੱਕ ਨਾ ਜਾਈਏ ਹਾਂ ਤੇ ਦਿਖਦਾ ਨਹੀਂ ਜੀ ਕੁਛ ਹਾਂ ਜੀ ਦਿਖਦਾ ਨਹੀਂ ਜੀ ਕੱਲ ਮੈਂ ਕਿ ਮੋਟਰਸਾਈਕਲ ਤੇ ਵੱਜ ਜਾਣਾ ਜੀ ਅੱਛਾ ਤੇ ਹੁਣ ਮੁੱਖ ਮੰਤਰੀ 10 ਵਜੇ ਦਾ ਟਾਈਮ ਹਾਂ ਬਹੁਤ ਵਧੀਆ ਕੀਤਾ ਜੀ ਤੁਸੀਂ ਖੁਸ਼ ਹੋ ਹਾਂ ਜੀ ਆਰਾਮ ਨਾਲ ਜਾ ਸਕਦੇ ਹਾਂ ਆਰਾਮ ਨਾਲ ਹੀ